ਇਧਰ ਕਰਦੇ ਹੋਣ ਅੱਜ ਅਸੀਂ ਗਾਈਸ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਡਸ ਡਰਟ ਬਾਈਕ ਬਾਰੇ ਆਲਸੋ ਨੋਨ ਐਸ ਪੋਕਟ ਬਾਈਕ ਵੈਲਕਮ ਬੈਕ ਟੂ ਜਾਂ ਗਾਈਸ ਆਈ ਹੋਪ ਤੁਸੀਂ ਸਾਰੇ ਕੈਂਡ ਹੋ ਫਿਰ ਤੋਂ ਸਾਡੇ ਕੋਲ ਦੋ ਡਰਟ ਬਾਈਕਸ ਕਿਡਸ ਡਰਟ ਬਾਈਕ ਪਹੁੰਚ ਚੁੱਕੀਆਂ ਨੇ ਪਹਿਲਾਂ ਤਾਂ ਯਾਰ ਇਹਨਾਂ ਦੇ ਕਲਰ ਕੰਬੀਨੇਸ਼ਨ ਬਹੁਤ ਹੀ ਮਜ਼ੇਦਾਰ ਆ ਅਤੇ ਇਹ ਜਸਟ 10 ਮਿੰਟ ਪਹਿਲਾਂ ਅਸੈਂਬਲ ਹੋਈਆਂ ਨੇ ਅਤੇ ਇਹਨੂੰ ਤਾਂ ਚਲਾ ਕੇ ਦੇਖ ਲਿਆ ਯੈਲੋ ਐਂਡ ਬਲੈਕ ਵਾਲੇ ਨੂੰ ਚਲਾ ਕੇ ਦੇਖਦੇ ਹਾਂ ਪਹਿਲਾਂ ਇਹਨੂੰ ਕਰਦੇ ਆਪਾਂ ਸਟਾਰਟ ਇੱਧਰੋਂ ਕਰਦੇ ਹੋਣ ਵਾਸਤੇ ਮਤਲਬ ਕਿ ਬੜੀ ਵਧੀਆ ਚੀਜ਼ ਆ ਬੜੀ ਮਜ਼ੇਦਾਰ ਯਾਰ ਪੂਰਾ ਇੰਜੋਏ ਕਰ ਪਾਊਗਾ ਬੱਚਾ ਅੱਜ ਦੀ ਇਹ ਵੀਡੀਓ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ ਵੀਡੀਓ ਨੂੰ ਪੂਰਾ ਐਂਡ ਤੇ ਜ਼ਰੂਰ ਦੇਖਿਓ ਅਤੇ ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਗਲਤ ਗੱਲ ਆ ਯਾਰ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਮੈਂ ਪੰਜ ਤੱਕ ਗਿਣਦਾ 1 2 3 4 5 ਥੈਂਕ ਯੂ ਸੋ ਮਚ ਜਿਹਨੇ ਸਬਸਕ੍ਰਾਈਬ ਕਰ ਲਿਆ ਅਤੇ ਨੋਟੀਫਿਕੇਸ਼ਨ ਵੀ ਟੈਪ ਕਰ ਲਿਓ ਚਲੋ ਆਪਾਂ ਗੱਲ ਕਰਦੇ ਇਹਨਾਂ ਦੋਵੇਂ ਬਾਈਕਸ ਬਾਰੇ ਅਤੇ ਜੇ ਕੋਈ ਇਹ ਬਾਈਕ ਨੂੰ ਬਾਏ ਕਰਨਾ ਚਾਹੁੰਦਾ ਵਾ ਤਾਂ ਡਿਸਕ੍ਰਿਪਸ਼ਨ ਵਿੱਚ ਇੱਕ ਨੰਬਰ ਦਿੱਤਾ ਹੋਇਆ ਜੇ ਕੋਈ ਸੱਚੀ ਇੰਟਰਸਟਿਡ ਆ ਉਹੀ ਫੋਨ ਕਰਿਓ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਅਤੇ ਬਾਈਕ ਦਾ ਪਹਿਲਾਂ ਪ੍ਰਾਈਜ਼ ਦੱਸੇ ਤੁਹਾਨੂੰ ਪ੍ਰਾਈਜ਼ ਆਪਾਂ ਲਾਸਟ 'ਚ ਦੱਸਦੇ ਹਾਂ ਬਾਕੀ ਸਾਹਮਣੇ 'ਚ ਦੇਖ ਹੀ ਲਿਆ ਹੋਣਾ ਬਾਈਕ ਨੂੰ ਸਟਾਰਟ ਕਰਦੇ ਹਾਂ ਅਤੇ ਥੋੜ੍ਹੀ ਚਲਾ ਕੇ ਆਉਂਦੇ ਹਾਂ ਯੈਲੋ ਬਾਈਕ ਸਟਾਰਟ ਬੜੀ ਛੇਤੀ ਹੋ ਜਾਂਦੀ ਹੈ ਨਾ ਮਿੰਟਾਂ 'ਚ ਹੀ ਮਜ਼ੇਦਾਰ ਚੀਜ਼ ਆ ਵੈਸੇ ਤਾਂ ਇਹ ਬੱਚਿਆਂ ਲਈ ਆ ਪਰ ਇਹ 50 ਤੋਂ ਲੈ ਕੇ 60-65 ਤੱਕ ਵੇਟ ਚੱਲ ਜਾਂਦੀ ਆ ਅਤੇ ਹੁਣ ਆਪਾਂ ਇਹਨੂੰ ਕਰਦੇ ਸਟਾਰਟ Thank you.
ਤੇ ਗਾਇਸ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਸਪੈਸੀਫਿਕੇਸ਼ਨ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਦੋਵਾਂ ਟਾਇਰ ਦੇ ਵਿੱਚ ਅਗਲੇ ਪਿਛਲੇ 'ਚ ਡਿਸਕ ਬ੍ਰੇਕ ਲੱਗੀ ਹੋਈ ਆ, ਲੱਗ ਗਿਆ ਜੋ ਐਜ ਯੂ ਕੈਨ ਸੀ ਗਾਇਸ ਦੋਵੇਂ ਟਾਇਰ ਡਿਸਕ ਬ੍ਰੇਕ ਲੱਗੀ ਹੋਈ ਆ। ਫਰੰਟ ਦੇ ਵੀ ਡਿਸਕ ਬ੍ਰੇਕ ਲੱਗੀ ਹੋਈ ਆ। ਇਹ ਜਿਹੜੀ ਚੈਸੀ ਆ ਉਹ ਸਾਰੀ ਲੋਹੇ ਦੀ ਆ, ਉੱਪਰ ਜਿਹੜੀ ਬੋਡੀ ਆ ਉਹ ਪਲਾਸਟਿਕ ਦੀ, ਪਰ ਜੇ ਆਪਾਂ ਫੋਲਡ ਵੀ ਕਰਦੇ ਤਾਂ ਇਹ ਟੁੱਟੇਗਾ ਨਹੀਂ ਛੇਤੀ। ਅਤੇ ਇਹਦੇ ਫਰੰਟ ਛੋਕਰ ਕਾਫੀ ਮਜ਼ਬੂਤ ਆ ਅਤੇ ਰੀਅਰ ਛੋਕਰ ਵੀ ਦੇਖ ਸਕਦੇ ਤੁਸੀਂ। ਬਾਕੀ ਜੇ ਮੈਂ ਕਹਾਂ ਤਾਂ ਕਾਫੀ ਮਜ਼ਬੂਤ ਬਾਈਕ ਆ ਯਾਰ, ਮਤਲਬ ਕਿ ਛੋਟੀ ਆ ਪਰ ਮਜ਼ਬੂਤ ਆ ਕਾਫੀ। ਅਤੇ ਹਾਂ ਇਹ ਤੁਹਾਨੂੰ ਦੱਸ ਦਾਂਗਾ ਨਹੀਂ ਕਿ ਜੇ ਤੁਸੀਂ ਇਹਨੂੰ ਪਲੱਗ ਆਊਟ ਕਰਤਾ ਤਾਂ ਇਹ ਬਾਈਕ ਸਟਾਰਟ ਨਹੀਂ ਹੋਣੀ, ਦੇਖੋ ਬਸ ਇੱਦਾਂ ਹੀ ਸੈਲਫੀ ਵੱਜੂਗਾ ਬਸ। ਜਿਵੇਂ ਤੁਸੀਂ ਇਹਨੂੰ ਪਲੱਗ ਇਨ ਕਰਦੇ ਹੋ ਇੱਥੋਂ ਹੀ ਬੰਦ ਹੋ ਜਾਂਦੀ ਹੈ। ਅਤੇ ਇਹ ਬਾਈਕ ਚਾਰਜ ਵੀ ਹੁੰਦੀ ਆ, ਇਹਦੀ ਬੈਟਰੀ ਸੈਲਫ ਵਾਸਤੇ ਚਾਰਜ ਹੁੰਦੀ ਆ। ਬਾਈ ਚਾਂਸ ਜੇ ਇਹਦੀ ਬੈਟਰੀ ਲੋਅ ਹੋ ਜੇ, ਸੈਲਫ ਨਾ ਕੰਮ ਕਰੇ, ਤਾਂ ਤੁਸੀਂ ਪੁੱਲ ਕਰਕੇ ਵੀ ਇਹਨੂੰ ਸਟਾਰਟ ਕਰ ਸਕਦੇ ਹੋ। ਆ ਦੇਖੋ ਸਿੰਪਲੀ ਕੋਈ ਜ਼ਿਆਦਾ ਜ਼ੋਰ ਨਹੀਂ ਲੱਗਦਾ ਇਹਦੇ ਵਿੱਚ, ਬੜੇ ਆਰਾਮ ਨਾਲ ਪੁੱਲ ਹੋ ਜਾਂਦਾ। ਬਾਕੀ ਇਹਦੀ ਬੈਟਰੀ ਲਾਈਫ ਕਾਫੀ ਜ਼ਿਆਦਾ ਹੁੰਦੀ, ਮਤਲਬ ਬੈਟਰੀ ਕਦੀ ਖਰਾਬ ਹੁੰਦੀ ਨਹੀਂ, ਨਾ ਹੀ ਲੋਅ ਹੁੰਦੀ ਹੈ। ਜੇ ਲੋਅ ਹੋ ਵੀ ਜਾਵੇ ਤਾਂ ਤੁਸੀਂ ਚਾਰਜ ਕਰ ਸਕਦੇ ਹੋ। ਆ ਦੇਖੋ ਚਾਰਜਿੰਗ ਪੁਆਇੰਟ ਬਣਿਆ ਹੋਇਆ, ਇਹਦੇ ਵਿੱਚ ਪੈਟਰੋਲ ਔਨ ਆਫ ਕਰਨ ਦੀ ਵੀ ਆਪਸ਼ਨ ਹੈਗੀ ਆ, ਦੇਖੋ ਤੁਸੀਂ ਦੇਖ ਸਕਦੇ ਹੋ। ਅਤੇ ਇਹ ਹੈਗੀ ਇਹਦੀ ਚੋਕ, ਅਤੇ ਜੇ ਇਹਦੇ ਐਗਜ਼ੋਸਟ ਦੀ ਗੱਲ ਕਰੀਏ, ਐਗਜ਼ੋਸਟ ਯਾਰ ਛੋਟਾ ਜਿਹਾ ਵਾ ਪਰ ਇਹਦੀ ਆਵਾਜ਼ ਇੰਨੀ ਮਜ਼ੇਦਾਰ ਆ ਨਾ, ਤੁਹਾਨੂੰ ਸੁਣਾਉਂਦੇ ਹਾਂ ਫਿਰ ਤੋਂ। ਨਹੀਂ 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 ਆਹ ਦੇਖੋ ਆਹ ਨਹੀਂ ਚੰਗੀ ਤਰ੍ਹਾਂ ਲੱਗਾ, ਆਹ ਦੇਖੋ ਹੁਣ ਪਲੱਗ ਇਨ ਹੋਇਆ, ਹੁਣ ਹੋਏਗਾ। ਗਾਈਜ਼ ਜੇ ਆਪਾਂ ਇਹਦੇ ਟਾਇਰਸ ਦੀ ਗੱਲ ਕਰਦੇ ਤਾਂ ਟਾਇਰਸ ਇਹਦੇ ਹੈਗੇ ਆਫ ਰੋਡਿੰਗ ਟਾਇਰਸ ਆ, ਕਾਫੀ ਵਧੀਆ ਕੁਆਲਿਟੀ ਦੇ ਟਾਇਰਸ ਆ ਅਤੇ ਇੰਨੀ ਛੇਤੀ ਖਰਾਬ ਨਹੀਂ ਹੁੰਦੇ ਯਾਰ। ਤੁਸੀਂ ਸੋਚੋ ਕਿ ਖਰਾਬ ਹੋ ਜਾਣਗੇ ਮਹੀਨੇ ਦੇ ਵਿੱਚ, 2 ਮਹੀਨੇ ਵਿੱਚ, ਮਤਲਬ ਕਿ ਇਹਨਾਂ ਦੀ ਲਾਈਫ ਕਾਫੀ ਜ਼ਿਆਦਾ ਹੁੰਦੀ ਹੈ, 3-4 ਸਾਲ ਤੱਕ ਮਤਲਬ ਤੁਹਾਡੀ ਬਾਈਕ ਨੂੰ ਕੁਛ ਨਹੀਂ ਹੁੰਦਾ, ਐਜ਼ ਇਟ ਇਜ਼ ਰਹੇਗੀ, ਕੋਈ ਇਸ਼ੂ ਨਹੀਂ, ਕੋਈ ਵਾਇਰ ਨਹੀਂ, ਕਾਫੀ ਵਧੀਆ ਕੁਆਲਿਟੀ ਹੈ, ਮਤਲਬ ਕਿ ਜਿਹਦੇ ਵਿੱਚ ਜਿਹੜੇ ਇਹਦੇ ਪਾਰਟਸ ਆ ਕਾਫੀ ਵਧੀਆ ਕੁਆਲਿਟੀ ਦੇ ਨੇ, ਮਤਲਬ ਕਿ ਤੁਹਾਡੇ ਪੈਸੇ ਵਰਥ ਆ ਯਾਰ ਜੇ ਤੁਸੀਂ ਖਰੀਦਦੇ ਹੋ। ਜੇ ਆਪਾਂ ਇਹਦੇ ਇੰਜਨ ਦੀ ਗੱਲ ਕਰੀਏ ਤਾਂ ਇਹਦਾ ਇੰਜਨ ਹੈਗਾ 49cc ਦਾ ਪੈਟਰੋਲ ਇੰਜਨ ਆ, ਅਤੇ ਇਹਦੇ ਟੈਂਕ ਦੇ ਵਿੱਚ 1 ਲੀਟਰ ਪੈਟਰੋਲ ਪੈਂਦਾ ਵਾ, ਝੂਠ ਨਹੀਂ ਬੋਲਣਾ, ਮਤਲਬ ਕਿ 1.5 ਲੀਟਰ 2 ਲੀਟਰ ਪੈ ਜਾਊਗਾ, 1 ਲੀਟਰ ਪੂਰਾ ਤੇਲ ਪੈਂਦਾ ਵਾ। ਅਤੇ ਇਸ ਬਾਈਕ ਦੀ ਐਵਰੇਜ ਹੈਗੀ ਹੈ 40 ਕਿਲੋਮੀਟਰ ਪਰ ਲੀਟਰ, ਮਤਲਬ ਕਿ 1 ਲੀਟਰ ਤੇਲ ਨਾਲ ਇਹ 40 ਕਿਲੋਮੀਟਰ ਚੱਲਦੀ ਆ। ਅਤੇ ਬਾਕੀ ਤੁਹਾਡੇ ਸਾਹਮਣੇ ਆ, ਅਤੇ ਜੇ ਇਹਦੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਇਹਦਾ ਪ੍ਰਾਈਜ਼ ਹੈਗਾ 35,000, ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ, ਜੇ ਸੱਚੀ ਇੰਟਰਸਟਿਡ ਹੋ, ਸੱਚੀ 'ਚ ਮੰਗਵਾਉਣਾ ਚਾਹੁੰਦੇ ਹੋ, ਅਤੇ ਡਿਸਕ੍ਰਿਪਸ਼ਨ ਵਿੱਚ ਨੰਬਰ ਹੈਗਾ, ਤੁਹਾਡੇ ਸਾਹਮਣੇ ਵੀ ਨੰਬਰ ਆ ਰਿਹਾ, ਤੁਸੀਂ ਕੋਲ ਕਰਕੇ ਪੂਰੀ ਇੰਡੀਆ 'ਚ ਜਿੱਥੋਂ ਮਰਜ਼ੀ ਦੇਖ ਰਹੇ ਹੋ ਤੁਸੀਂ ਮੰਗਵਾ ਸਕਦੇ ਹੋ, ਅਤੇ ਤੁਹਾਡੇ ਘਰ ਆਏਗੀ ਬਾਈਕ। ਜੇ ਆਪਾਂ ਇਹਦੀ ਬੈਟਰੀ ਦੀ ਗੱਲ ਕਰੀਏ ਤਾਂ ਬੈਟਰੀ ਇੱਥੇ ਲੱਗੀ ਹੋਈ ਗਾਇਸ, ਤੁਸੀਂ ਦੇਖ ਸਕਦੇ ਹੋ ਆਹ ਲੱਗੀ ਹੋਈ ਬੈਟਰੀ ਇਹਦੀ। ਗਾਇਸ ਇਹਨਾਂ ਦੇ ਪਾਰਟਸ ਦਾ ਵੀ ਕੋਈ ਚੱਕਰ ਨਹੀਂ, ਪਾਰਟਸ ਤੁਹਾਨੂੰ ਦੁਬਾਰਾ ਤੋਂ ਮਿਲ ਜਾਂਦੇ ਨੇ, ਜੇ ਟਾਇਰ ਖਰਾਬ ਹੋਏ ਟਾਇਰ ਮਿਲ ਜਾਂਦੇ ਆ, ਜਿਹੜੀ ਵਾਇਰ ਵੂਰ ਕੋਈ ਖਰਾਬ ਹੋ ਜਾਵੇ ਜਾਂ ਬੈਟਰੀ ਖਰਾਬ ਹੋਏ, ਵੈਸੇ ਤਾਂ ਇਹ ਛੇਤੀ ਕਰਕੇ ਕੁਛ ਖਰਾਬ ਹੁੰਦਾ ਨਹੀਂ ਆ, ਐਜ਼ ਇਟ ਇਜ਼ ਰਹੇਗੀ, ਇਹਦੀ ਲਾਈਫ ਕਾਫੀ ਵਧੀਆ ਹੁੰਦੀ ਆ। ਫੋਰ ਐਗਜ਼ਾਮਪਲ ਜੇ ਇਹਦੀ ਚੈਨ ਟੁੱਟ ਜਾਂਦੀ ਤਾਂ ਆਰਾਮ ਨਾਲ ਮਾਰਕੀਟ 'ਚੋਂ ਮਿਲ ਜਾਂਦੀ ਆ। ਅਤੇ ਬਾਕੀ ਜੇ ਕੋਈ ਇੰਟਰਸਟਡ ਆ, ਕੋਈ ਮੰਗਵਾਉਣਾ ਚਾਹੁੰਦਾ ਇਹ ਬਾਈਕ, ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਕੰਟੈਕਟ ਕਰਕੇ ਆਪਣੀ ਬਾਈਕ ਬੁੱਕ ਕਰ ਸਕਦੇ ਹੋ। ਅਤੇ ਗਾਈਸ ਇਹਦੀ ਸ਼ਿਪਿੰਗ ਆਲ ਓਵਰ ਇੰਡੀਆ ਅਵੇਲੇਬਲ ਆ, ਅਤੇ ਜੇ ਕੋਈ ਇੰਟਰਸਟਡ ਆ ਤਾਂ ਜ਼ਰੂਰ ਮੰਗਵਾਇਓ। ਬਾਕੀ ਗਾਈਸ ਜੇ ਵਲੌਗ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆਪਾਂ ਅਗਲੇ ਵਲੌਗ 'ਚ, ਟਿਲ ਦੈਨ ਬਾਏ, ਟੇਕ ਕੇਅਰ।